नाज़रीन, मैं हूं इरफान नूरी, आप देख रहे हैं ऑस्टर टीवी। आज की इस वीडियो बनाने का ये मकसद नहीं है कि किसी का दिल दुखाना या किसी का दिल तोड़ना। आज की वीडियो बनाने का बस एक ही मकसद है। आजकल आपने देखा होगा हर टीवी चैनल पे, हर मस्जिद में, हर चौक में, हर कॉलेज में, हर जगह एक ही बात हो रही है, कोरोना वायरस, कोरोना वायरस। लेकिन आजकल जो हमारे बीच कोरोना वायरस से भी बड़ा वायरस है, आज हम उसके बारे में आपको दिखाएंगे। जी नाज़रीन, आइए चलते हैं वीडियो की तरफ। वीडियो शुरू करने से पहले आपने अभी तक हमारा चैनल सब्सक्राइब नहीं किया तो प्लीज हमारा चैनल सब्सक्राइब कर लें और साथ ही दिया गया बेल आइकन को दबाएं ताकि हमारी हर आने वाली वीडियो आप तक बआसानी पहुंच सके। आइए चलते हैं वीडियो की तरफ। अस्सलाम वालेकुम। वालेकुम जी। वालेकुम सलाम, क्या ना? हां जी वालेकुम सलाम। अच्छा, कितों दे रहन वाले जनाब? चंग दे। चंग दे ते आज की दिन है? जुमा। ते जुमा पड़ा जनाब ने? नहीं जनाब। अच्छा, जुमे दी कितनी रकातें होंदी वैसे? हुन दसो को हुक्म करो जनाब। अगर मोटवन में दसना करी रिकॉर्डिंग खत्म करो जी। नहीं वैसे ਤੁਸੀਂ ਇਹ ਦੱਸ ਦੇਣਾ ਬਾਅਦ ਰਿਕਾਰਡਿੰਗ ਖਤਮ ਕਰ ਦੇਣਾ ਹੈ। ਕਿੰਨੀਆਂ ਰਕਾਤਾਂ ਹੁੰਦੀਆਂ? ਪਤਾ ਨਹੀਂ। ਨਹੀਂ ਪਤਾ। ਹਾਂ ਨਹੀਂ। ਰਿਕਾਰਡਿੰਗ ਖਤਮ ਕਰ ਦੇਣਾ। ਹੋਰ ਹੁਕਮ। ਬਸ ਮੇਰੇ। ਅਸਲਾਮ ਅਲੈਕਮ। ਵਾਲੇਕਮ ਸਲਾਮ ਜੀ। ਜਨਾਬ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਜ਼ੀਮ ਜੀ। ਤੇ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਜ਼ਫਰਵਾਲ ਦਾ। ਤੇ ਅੱਜ ਕੀ ਦਿਨ ਹੈ? ਅੱਜ ਜੁਮਾ। ਜੁਮਾ ਪੜਿਆ ਜੀ? ਨਹੀਂ ਜੁਮਾ ਨਹੀਂ ਪੜਿਆ ਜੀ। ਅੱਛਾ, ਜੁਮੇ ਦੀਆਂ ਕਿੰਨੀਆਂ ਰਕਾਤਾਂ ਹੁੰਦੀਆਂ? ਜੁਮੇ ਦੀਆਂ ਰਕਾਤਾਂ ਦੋ। ਜੁਮੇ ਦੀਆਂ ਦੋ ਰਕਾਤਾਂ? ਉਹ ਕਿਸ ਤਰ੍ਹਾਂ ਦੋ ਪੂਰੀਆਂ ਕਰਾਓ ਨਾ ਮੈਨੂੰ। ਦੋ ਰਕਾਤਾਂ ਕਿਸ ਤਰ੍ਹਾਂ ਹੁੰਦੀਆਂ ਜੁਮੇ ਦੀਆਂ? ਤੁਸੀਂ ਜੁਮੇ ਦੀਆਂ ਪੁੱਛੀਆਂ ਉਹ ਦੋ ਤੇ ਟੋਟਲ ਰਕਾਤਾਂ 14 ਹੋ ਗਈਆਂ। ਟੋਟਲ ਰਕਾਤਾਂ ਪੁੱਛੀਆਂ। ਅੱਛਾ, ਉਹ 14 ਪੂਰੀਆਂ ਕਰਨੀਆਂ ਤੁਸੀਂ? 14 ਪੂਰੀਆਂ। ਹਾਂਜੀ, ਕੀ ਕੀ? 4 ਸੁਨਤਾਂ, 2 ਫਰਜ਼, 4 ਸੁਨਤਾਂ, ਫਿਰ 2 ਸੁਨਤਾਂ, 2 ਨਫਲ। ਸ਼ਾਬਾਸ਼, ਜ਼ਬਰਦਸਤ, ਬਹੁਤ ਸ਼ੁਕਰੀਆ ਜਨਾਬ। ਅਸਲਾਮ ਵਾਲੇਕਮ ਜੀ। ਹਾਂਜੀ। ਅਸਲਾਮ ਵਾਲੇਕਮ। ਵਾਲੇਕਮ ਸਲਾਮ। ਜਨਾਬ ਦਾ ਕੀ ਨਾਮ ਜੀ? ਮੁਹੰਮਦ ਅਕਰਮ। ਥੋੜਾ ਜਿਹਾ ਮੂੰਹ ਉੱਤੇ ਕਰੋ। ਮੁਹੰਮਦ ਅਕਰਮ। ਅੱਛਾ, ਕਿੱਥੋਂ ਦੇ ਰਹਿਣ ਵਾਲੇ ਹੋ? ਸਰਗੋਦੇ ਦੇ। ਅੱਜ ਕੀ ਦਿਨ ਹੈ? ਅੱਜ ਜੁਮਾ ਸ਼ਰੀਫ। ਅੱਛਾ, ਅੱਜ ਜੁਮਾ? ਹਾਂ। ਤੇ ਜੁਮਾ ਪੜਿਆ ਜੀ? ਕੋਈ ਨਹੀਂ ਪੜਿਆ। ਜੁਮੇ ਦੀਆਂ ਕਿੰਨੀਆਂ ਰਕਾਤਾਂ ਹੁੰਦੀਆਂ? ਹੈ, ਕਿੰਨੀਆਂ ਰਕਾਤਾਂ ਨੇ ਜੁਮੇ ਦੀਆਂ? 7 ਰਕਾਤਾਂ। 7 ਰਕਾਤਾਂ ਜੀ। 7 ਪੂਰੀਆਂ ਕਰੋ ਨਾ, ਕਿਸ ਤਰ੍ਹਾਂ ਹੁੰਦੀਆਂ 7? ਅਰੇ 4 ਸੁਨਤਾਂ। ਅੱਛਾ, 4 ਹੋ ਗਈਆਂ। ਹਾਂ, ਫਿਰ 2 ਫਰਜ਼। ਅੱਛਾ, 6 ਹੋ ਗਈਆਂ। ਹਾਂ, ਫਿਰ ਇੱਕ ਨਫਲ। ਇੱਕ ਨਫਲ? ਹਾਂ। ਅੱਛਾ, ਇੱਕ ਨਫਲ ਹੈ। ਇੱਕ ਇਹ ਕਿਹੜਾ ਦੀਨ ਲੈ ਕੇ ਤੂੰ ਤੁਰਿਆ ਹੈ ਵੀ? 7 ਰਕਾਤਾਂ। ਮਾਲਟਿਆਂ ਦਾ ਰੇਟ ਦਾ ਪਤਾ? ਕੀ ਰੇਟ ਹੈ ਮਾਲਟਿਆਂ ਦਾ ਜੀ? ਆ ਹੈ ਕੀ ਰੇਟ ਹੈ? 120। 120 ਤੇ ਰਕਾਤਾਂ 7 ਹੈ? 7 ਰਕਾਤਾਂ ਨੇ ਨਾ? ਤੇਰੀ ਹੋਸ਼ ਕਾਇਮ ਹੈ ਇਸ ਟਾਈਮ? ਨਹੀਂ ਕਾਇਮ। ਹੈ, ਤੂੰ ਕਿੱਥੇ ਕਿੱਥੇ ਰਹਿਣਾ ਪਿਆ ਇਸ ਟਾਈਮ? ਸਿਆਲਕੋਟ। ਵੈਸੇ ਤੂੰ ਮੁਸਲਮਾਨ, ਆਪਣੇ ਆਪ ਨੂੰ ਕਹਿਣਾ ਚੰਗੀ ਗੱਲ ਕਹਿਣਾ ਜੀ? ਚੰਗੀ ਗੱਲ ਰਕਾਤਾਂ ਦਾ ਤੈਨੂੰ ਪਤਾ ਹੀ ਨਹੀਂ ਹੈ? ਅੱਛਾ, ਜਿਹੜੇ ਸਾਡੇ ਆਖਰੋ ਜ਼ਮਾਨ ਨਬੀ, ਉਹਨਾਂ ਦਾ ਕੀ ਨਾਮ ਜੇ? ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਸ਼ਾਬਾਸ਼, ਲੇਕਿਨ ਰਕਾਤਾਂ ਯਾਦ ਕਰ, ਰਕਾਤਾਂ ਤੁਹਾਨੂੰ ਹੁਣੇ ਦੱਸਣੇ। ਅਸਲਾਮ ਅਲੈਕਮ ਜੀ। ਥੋੜਾ ਜਿਹਾ ਉੱਚਾ ਬੋਲਣਾ ਮੇਰੇ। ਵਾਲੇਕਮ ਸਲਾਮ। ਤੇ ਕਿੱਥੋਂ ਦੇ ਰਹਿਣ ਵਾਲੇ ਜਨਾਬ? ਨਾਰੋਵਾਲ ਦੇ। ਤੇ ਕੀ ਨਾਮ ਜੇ? ਅਬਦੁਲ ਸ਼ਕੂਰ। ਅੱਛਾ ਅਬਦੁਲ ਸ਼ਕੂਰ ਸਾਹਿਬ, ਜੁਮੇ ਦੀਆਂ ਕਿੰਨੀਆਂ ਰਕਾਤਾਂ ਹੁੰਦੀਆਂ ਨੇ? ਰਕਾਤਾਂ ਤੇ 2 ਹੀ ਹੁੰਦੀਆਂ ਨੇ। ਨਹੀਂ, ਟੋਟਲ ਕਿੰਨੀਆਂ ਰਕਾਤਾਂ ਹੁੰਦੀਆਂ? ਟੋਟਲ 4 ਸੁਨਤ ਨੇ। ਅੱਛਾ, 2 ਫਰਜ਼ ਨੇ। ਬਸ ਦੇਖ ਲੋ, ਇੰਨੀ ਹੈ ਪੱਕੀ ਗੱਲ? ਯਾਰ 14 ਰਕਾਤਾਂ ਨੇ। ਚਲੋ ਠੀਕ ਹੈ ਜਨਾਬ, ਬੜੀ ਮਿਹਰਬਾਨੀ। ਅਸਲਾਮ ਵਾਲੇਕਮ। ਖਾਨ ਸਾਹਿਬ, ਕੀ ਹਾਲ ਨੇ ਤੁਹਾਡੇ? ਠੀਕ ਠਾਕ। ਤੇ ਕੀ ਨਾਮ ਤੁਹਾਡਾ? ਕਿਸ਼ੋਰ ਅਲੀ। ਅੱਜ ਕੀ ਦਿਨ ਹੈ? ਅੱਜ ਜੁਮਾ। ਉੱਚੀ ਬੋਲ ਯਾਰ ਥੋੜਾ ਜਿਹਾ, ਅੱਜ ਕੀ ਦਿਨ ਹੈ? ਜੁਮਾ। ਜੁਮਾ ਪੜਿਆ? ਆਹੋ ਪੜਿਆ। ਹੈ,
ਕਿੰਨੀਆਂ ਰਕਾਤਾਂ ਨੇ ਜੁਮੇ ਦੀਆਂ? 10 10 ਰਕਾਤਾਂ ਨੇ। ਕਿਹੜੀਆਂ ਕਿਹੜੀਆਂ 10 ਪੜ ਗਿਆ? ਜਿੰਮੇ ਦਿਓ ਤੇ ਸਰ 12। ਅੱਛਾ 10 ਤੇ 12 ਦੋ ਹੁੰਦੀਆਂ ਨੇ। 12 ਅੱਛਾ 12 ਕੀ ਹੁੰਦਾ ਜੇ 12 ਰਕਾਤਾਂ ਦੱਸਣਾ ਕਿਹੜੀਆਂ ਕਿਹੜੀਆਂ ਨੇ? 2 ਤੇ ਫਰਜ਼ ਬਾਕੀ ਸਾਰੇ ਸੁਨਤਾਂ। ਨਹੀਂ ਦੱਸਣਾ ਵੀ ਕੀ ਕੀ ਆ ਜਲਦੀ, 12 ਪੂਰੀਆਂ ਕਰਨੀਆਂ। ਪਹਿਲੇ ਪੜ੍ਹਨੇ ਜਾ ਕੇ ਉਹ ਤੇ 4 ਸੁਨਤ, ਫਿਰ ਜਾ ਕੇ 4 ਸੁਨਤ, ਫਿਰ ਅੱਛਾ ਪਹਿਲਾਂ ਵੀ 4 ਸੁਨਤ ਫਿਰ ਵੀ 4 ਸੁਨਤ। ਅੱਛਾ 8 ਤੇ ਸਾਰੇ ਸੁਨਤ ਹੋਤੇ। ਅੱਛਾ 2 ਹੀ ਫਰਜ਼। 8 ਹੋ ਗਈਆਂ ਅਗੇ 2 ਫਰਜ਼। 2 ਹੀ ਫਰਜ਼ ਹੈ। ਹੈ 2 ਹੀ ਫਰਜ਼ ਹੋਤਾ ਹੈ। ਇਮਾਮ ਕੇ ਸਾਥ ਜੋ ਪੜ੍ਹਨਾ ਹੈ ਨਾ ਉਹ ਹੀ ਹੋਤਾ ਹੈ ਫਰਜ਼। ਉਹ ਤੇ ਫਰਜ਼ ਹੋ ਗਏ ਤੇ ਬਾਕੀ ਕੀ ਕੀ? 12 ਪੂਰੀਆਂ ਕਰੋ ਨਾ, ਕਿਸ ਤਰ੍ਹਾਂ ਹੁੰਦੀਆਂ 12? 4 ਤੇ 4 8 ਤੇ 2 10 ਹੋ ਗਈਆਂ। ਹਾਂਜੀ 2 ਇਮਾਮ ਕੇ ਸਾਥ 12 ਹੋ ਗਏ। ਨਹੀਂ ਇਹ ਕੀ ਕਿਸ ਤਰ੍ਹਾਂ 12 ਤੋਂ ਪੂਰੀਆਂ ਕੀਤੀਆਂ? 12 ਤੇ ਹੈ ਹੀ ਨਹੀਂ ਰਕਾਤਾਂ, ਤੂੰ ਕਿਸ ਤਰ੍ਹਾਂ ਪੂਰੀਆਂ ਕਰਨਾ? ਨਹੀਂ ਪਤਾ। ਪਤਾ ਹੈ ਕਿਉਂ ਨਹੀਂ ਪਤਾ? ਕਿੰਨੀਆਂ ਨੇ ਫਿਰ? ਮੌਲਵੀ ਸਾਹਿਬ ਲਿਆ ਉਹ ਸਭ ਪੁੱਛੋ ਕੋਈ 12 ਬਹੁਤੇ ਕਿ ਨਹੀਂ। ਅੱਛਾ ਮੌਲਵੀ ਸਾਹਿਬ ਕੋ ਤਾਂ ਪਤਾ, ਆਪਕੋ ਕਿਉਂ ਨਹੀਂ ਪਤਾ? ਮੈਨੂੰ ਵੀ ਪਤਾ ਹੈ 12 ਹੀ। ਅੱਛਾ ਹਮ ਆਪਕੋ ਵੀਡੀਓ ਬੰਦ ਕਰਕੇ ਨਾ ਤੋ ਹਮ ਆਪਕੋ ਬਤਾ ਰਹੇ ਹੈ ਕਿ ਕਿਤਨੀ ਨਮਾਜ਼ ਜੋ ਰਕਾਤੇ ਹੈ, ਠੀਕ ਹੈ? ਆਪਕੋ ਨਹੀਂ ਪਤਾ, ਆਪਕੋ ਬਸ ਇਹ ਵੇਚਨੇ ਆਤੇ ਹੈ ਐਸੇ ਹੀ ਹੈ। ਆਜ ਨਹੀਂ ਨਾ ਜੁਮਾ ਪੜਾ ਆਪਨੇ? ਕਿਉਂ ਨਹੀਂ ਪੜਾ ਸਰ? ਆਜ ਪਤਾ ਹੋ ਯਹਾਂ ਪੜ ਕੇ ਆਇਆ। ਚਲੋ ਅਭੀ ਦੇਖਤਾ ਹੂੰ ਆਪਕੋ ਪਤਾ ਚਲਤਾ ਹੈ ਕਿ ਕਿਤਨੀ ਰਕਾਤੇ, ਠੀਕ ਹੈ? ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਜਨਾਬ ਕੀ ਹਾਲ ਹੈ ਤੁਹਾਡੇ? ਅੱਲਾ ਦਾ ਸ਼ੁਕਰ ਜਨਾਬ। ਤੇ ਜਨਾਬ ਦਾ ਕੀ ਨਾਂ ਜੇ? ਸਾਬਿਰ ਹੁਸੈਨ। ਅੱਛਾ ਸਾਬਰ ਭਾਈ, ਜੁਮਾ ਪੜ੍ਹ ਕੇ ਆਏ ਹੋ ਜੀ? ਅੱਛਾ ਜੁਮੇ ਦੀਆਂ ਟੋਟਲ ਕਿੰਨੀਆਂ ਰਕਾਤਾਂ ਹੁੰਦੀਆਂ ਨੇ? 14। ਅੱਛਾ ਸਾਬਰ ਭਾਈ, ਤੁਸੀਂ 14 ਪੂਰੀਆਂ ਕਰਕੇ ਦੱਸਣੀਆਂ ਜਨਾਬ? 4 ਸੁਨਤ, 2 ਫਰਜ਼, 4 ਸੁਨਤ, 2 ਸੁਨਤ ਔਰ 2 ਨਫਲ, ਟੋਟਲ 14। ਜ਼ਬਰਦਸਤ, ਮਾਸ਼ਾਅੱਲਾ ਜੀ। ਜੀ ਨਾਜ਼ਰੀਨ, ਤੁਸੀਂ ਦੇਖਿਆ ਕਿ ਸਾਬਰ ਭਾਈ ਨੇ ਟੋਟਲ ਰਕਾਤਾਂ 14 ਦੱਸੀਆਂ ਨੇ ਔਰ ਟੋਟਲ ਪੂਰੀਆਂ ਕਰਕੇ ਦੱਸੀਆਂ ਨੇ। ਜੀ ਨਾਜ਼ਰੀਨ, ਅਗਰ ਇਹ ਤੁਹਾਨੂੰ ਵੀਡੀਓ ਸਾਡੀ ਅੱਛੀ ਲੱਗੀ ਹੈ, ਇਹਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਤੁਸੀਂ ਦੇਖਿਆ ਕਿ ਇਹ ਵਾਇਰਸ ਕਿੰਨਾ ਫੈਲ ਗਿਆ ਹੋਇਆ। ਅਗਰ ਤੁਸੀਂ ਸਾਡਾ ਸਾਥ ਦਿਓ, ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਔਰ ਤੁਸੀਂ ਦੇਖਿਆ ਕਿ ਦੀਨ ਤੋਂ ਅਸੀਂ ਕਿੰਨੇ ਦੂਰ ਹੋ ਗਏ ਹਾਂ, ਦੀਨ ਤੋਂ ਸਾਨੂੰ ਦੂਰ ਕੀਤਾ ਗਿਆ। ਲਿਹਾਜ਼ਾ ਇਹ ਤੁਸੀਂ ਪੈਗਾਮ ਸਾਡਾ ਅੱਗੇ ਪਹੁੰਚਾਉਣਾ ਜੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਵੀਡੀਓ ਦੇਖਣ ਔਰ ਦੇਖ ਕੇ ਅਤੇ ਦੀਨ ਵਾਲੇ ਰਸਤੇ 'ਤੇ ਚੱਲ ਜਾਣ। ਜੀ ਸ਼ੁਕਰੀਆ। Another one, boy.